ਜਾਂ ਪਰਨੀਤ ਕੌਰ ਤਾਂ ਇਹ ਵੀ ਹਾਰ ਰਹੀ ਹੈ ਮੈਨੂੰ ਲੱਗਦਾ ਪਰਨੀਤ ਕੌਰ ਤੀਜੇ ਨੰਬਰ 'ਤੇ ਹੈ ਪਟਿਆਲੇ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਦੇ ਗਾਂਧੀ ਵਿੱਚ ਹੈ ਸਰ ਆਮ ਆਦਮੀ ਪਾਰਟੀ ਦੇ ਸੀ ਆਮ ਆਦਮੀ ਪਾਰਟੀ ਤਾਂ ਖਤਮ ਹੋ ਗਈ ਉਹ ਭੋਗ ਪੈ ਗਿਆ ਮੈਂ ਕਹਿੰਦਾ ਸਾਰਾ ਹੀ ਰੱਦ ਹੋਈ ਨਾ ਹੋਈ ਚੰਗੇ ਉਹਦੇ ਪੈਸੇ ਬਚ ਗਏ ਨਹੀਂ ਤਾਂ ਜਮਾਨਤ ਜ਼ਬਤ ਹੋਣੀ ਸੀ ਹੁਣ ਵੀ ਤੁਸੀਂ ਦੇਖ ਲਓ ਖੇਰੂ ਖੇਰੂ ਹੋ ਗਈ ਹੈ ਅੱਧੇ ਤੋਂ ਜ਼ਿਆਦਾ ਅਕਾਲੀ ਦਲ ਸ਼ਾਮਿਲ ਹੋ ਗਏ ਹੈ ਥੋੜ੍ਹੇ ਜਿਹੇ ਕਾਂਗਰਸ ਸ਼ਾਮਿਲ ਹੋ ਗਏ ਹੈ ਇਹਨਾਂ ਦੀ ਦੁਕਾਨ ਬੰਦ ਹੋ ਗਈ ਹੈ ਵੀਰ ਜੀ ਕੈਪਟਨ ਦਾ ਮਿਸ਼ਨ ਹੈ 13 ਤੁਸੀਂ ਉਹਦੇ ਬਾਰੇ ਬਹੁਤ ਸਹੀ ਹੈ ਉਹ ਕੈਪਟਨ ਦਾ ਮਿਸ਼ਨ ਹੈ 13 ਹਾਰਨੀਆਂ ਸੋ ਮਿਸ਼ਨ ਪਤਾ ਲੱਗ ਜੂ ਭੜਕਾ ਕੇ ਮਰਿਆ ਜਾਖਣ ਨੂੰ ਸੁਖਬੀਰ ਜੀ ਤੁਹਾਡੇ ਭਾਈ ਸਾਹਿਬ ਮਨਪ੍ਰੀਤ ਬਾਦਲ ਹੋਣਾਂ ਨੇ ਇਲਜ਼ਾਮ ਲਾਇਆ ਕਿ ਜੇ ਨੋਟਬੰਦੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਤਾਵਾਂ ਹੈ ਉੱਥੇ ਤੁਹਾਡਾ ਕੀ ਕਹਿਣਾ ਹੈ ਹੁਣ ਇਹ ਬਾਦਲ ਸਾਹਿਬ ਟ੍ਰੇਨਿੰਗ ਤਾਂ ਲਿੱਤੀ ਹੈ ਜੀ ਕੀ ਉਹ ਸਮਝਦਾ ਉਹ ਨੋਟ ਬਣਦਾ ਮਨਪ੍ਰੀਤ ਬਣਦਾ ਨੋਟ ਜੀ ਉਹਨਾਂ ਦਾ ਇਲਜ਼ਾਮ ਜੋ ਉਹਨੂੰ ਸ਼ਰਮ ਆਉਣੀ ਚਾਹੀਦੀ ਬਾਦਲ ਸਾਹਿਬ ਬਾਰੇ ਇਹ ਜੀ ਗੱਲ ਕਰਨੀ ਸਾਡਾ ਕੋਮਨ ਮਿਨੀਮਮ ਪ੍ਰੋਗਰਾਮ ਬੀਜੇਪੀ ਨਾਲ ਬਣੂਗਾ ਸੈਂਟਰ ਵਿੱਚ ਅਸਲੀ ਚੋਣ ਮੈਨੀਫੈਸਟੋ ਲੋਕਲ ਸਰਕਾਰ ਦੇ ਟਾਈਮ ਆਉਂਦਾ ਸਰ ਜਿਹੜਾ ਅੱਤਵਾਦੀ ਜੀ ਉਹਨੂੰ ਪ੍ਰਤੀਬੰਧ ਲਾਇਆ ਉਹਦੇ ਬਾਰੇ ਕੀ ਕਹਿਣਾ ਜੀ ਅੱਤਵਾਦੀ ਜਿਹੜਾ ਵੱਡੇ ਬਾਦਲ ਸਾਹਿਬ ਵਾਂਗ ਸੁਖਬੀਰ ਬਾਦਲ ਪੰਕਚੁਅਲ ਕਦੇ ਹੋਣਗੇ ਟਾਈਮ ਦੇ ਕਿਉਂਕਿ ਉਹ ਟਾਈਮ ਦੇ ਪੰਕਚੁਅਲ ਨਹੀਂ ਹੈ ਅੱਜ ਰਾਸਤੇ 'ਚ ਕਾਂਗਰਸ ਨੂੰ ਛੱਡ ਕੇ ਕਈ ਥਾਵਾਂ 'ਤੇ ਲੋਕ ਆਏ ਨੇ ਇਸ ਕਰਕੇ ਲੇਟ ਹੋ ਗਏ